पंजाबी मां बोली दी सेवा निभा रहा तुहाडा अपना सिटी लाइव चैनल अज तुहानूं लेके पहुंचिया शहर लुधियाणा दे विच, जिथे मौजूदा सरकार इस समय एमसी चोणां नूं लेके सरगर्म है और बहुत जल्दी वार्डबंदी दी अनाउंसमेंट करन जा रही है। उत्थे ही अज तुहानूं लुधियाणा दे जिस वार्ड विच लेके पहुंचिया उस वार्ड दी पहला एक पछोकर दस दईए। पिछले 70 सालां दीआं सरकारां दे राज दे विच इस वार्ड दे विच 25 साल तो पैराशूट कैंडीडेट आया जितया, पर वार्ड दे जिहड़े विकास काम ने, जिस तरह जेकर गल करिए पिछले समय दी, जिस तरह 2017 विच वी सी एज इट इज ही, वो काम उसे प्रकार पे ने। मौजूदा सरकार दे रहनुमाई हेठ इस समय वार्ड नंबर 32 दे विच आम आदमी पार्टी वालों लगे हुए प्रधान सरदार जतिंदर सिंह छिद्दा दे नाल तुहानूं रूबरू करवाने आ, जो दसणगे कि वार्ड नंबर 32 दे किहड़े किहड़े काम ने जिहड़ियां पिछलियां सरकारां दी रहनुमाई हेठ एमसी भाईचारे ने नहीं किते, और हुण इस समय इन्हां दी की प्लानिंग है। सब तो पहला फतेह दी सांझ बुलाईए। वाहेगुरु जी का खालसा, वाहेगुरु जी की फतेह। जतिंदर सिंह छिंदा जी, तुसीं इह दसो पहलां तां आपां गल करिए, तुहाडा वार्ड नंबर 32 जो हलका दखणी है, और इत्थों दे जेकर पिछले एमएलए दी गल करिए, तकरीब 10 सालां तों एक ही पार्टी दा एक ही एमएलए इत्थे रिहा, पर हुण इस समय सरकार चेंज होई है ते तुहानूं बीबी रजिंद्रपाल कौर छिन्ना एमएलए मिले ने। पहले ते इह दसो कि तुहानूं रजिंद्रपाल कौर छिन्ना तों अपने वार्ड दे संबंध विच की उम्मीदां? ਦੇਖੋ, ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਸਿਟੀ ਲਾਈਵ ਚੈਨਲ ਦਾ, ਜਿਨ੍ਹਾਂ ਨੇ ਦੇਖੋ ਸਾਡੇ ਵਰਗੇ ਜਿਹੜੇ ਵਰਕਰ ਨੇ ਵਾਰਡਾਂ ਦੇ ਵਿੱਚ ਬੈਠੇ ਨੇ, ਜੇ ਕੋਈ ਉਹਨਾਂ ਦਾ ਉਹਨਾਂ ਨੇ ਮੁਕਾਮ ਹਾਸਲ ਕੀਤਾ ਉਹ ਤੁਹਾਡੇ ਜ਼ਰੀਏ ਕੀਤਾ, ਕਿਉਂਕਿ ਤੁਸੀਂ ਮੀਡੀਆ ਦੇ ਵਿੱਚ ਜਿਹੜੇ ਮੀਡੀਆ ਪਰਸਨ ਉਹ ਲੈ ਕੇ ਆਉਂਦੇ ਹੋ ਲੋਕਾਂ ਦੇ ਵਿੱਚ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਬਾਕੀ ਕਰਦੇ ਹਾਂ ਵਾਰਡ ਦੀ ਗੱਲ, ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ, ਪਿਛਲੇ 25 ਸਾਲ ਤੋਂ ਜਿਹੜਾ ਕੈਂਡੀਡੇਟ ਆ ਉਹ ਬਾਹਰੋਂ ਆਉਂਦਾ ਗਾ ਔਰ ਜਿੱਤ ਕੇ ਉੱਥੇ ਬਹਿ ਜਾਂਦੇ ਨੇ ਜਾ ਕੇ, ਜਿਹੜੇ ਸਾਡੇ ਵਰਗੇ ਲੋਕ ਜਿਹੜੇ ਲੋਕਾਂ ਦੇ ਘਰ ਘਰ ਜਾ ਕੇ ਵੋਟ ਅਸੀਂ ਮੰਗਦੇ ਹਾਂ ਵੀ ਆ ਕੈਂਡੀਡੇਟ ਨੂੰ ਵੋਟ ਪਾ ਦਿਓ ਜੀ, ਅਤੇ 5 ਸਾਲ ਤੋਂ ਬਾਅਦ ਉਹ ਸਾਨੂੰ ਦੇਖਣਾ ਪੈਂਦਾ ਜਾ ਕੇ, ਲੋਕ ਸਾਨੂੰ ਕਹਿੰਦੇ ਵੀ ਤੁਸੀਂ ਵੋਟ ਮੰਗਣ ਆਏ ਸੀ ਦਿਓ ਜਵਾਬ, ਹੁਣ ਸਾਡਾ ਕੰਮ ਨਹੀਂ ਹੋਇਆ, ਉਹ ਜਵਾਬ ਦੇ ਸਾਡੀ ਹੋ ਜਾਂਦੀ ਹੈ। ਅਤੇ ਇਸ ਵਾਰੀ ਪਿਛਲੀ ਦੌਰਾਨ ਜਿਹੜੇ ਐਮਐਲਏ ਸੀਗੇ ਸਾਡੇ ਬੈਂਸ ਬ੍ਰਦਰ ਸੀਗੇ, ਅਤੇ ਚਲੋ ਉਹਨਾਂ ਨੇ ਜੋ ਵੀ ਕਾਰਜਕਾਲ ਕੀਤਾ ਉਹ ਆਪਣੇ ਹਿਸਾਬ ਨਾਲ ਕੀਤਾ, ਪਰ ਜਿਹੜੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਲੋਕਾਂ ਨੇ ਇੱਕ ਮੁੱਦਾ ਬਣਾ ਲਿਆ ਸੀਗਾ ਵੀ ਅਸੀਂ ਯਾਰ ਇਸ ਵਾਰੀ ਸਾਰੀਆਂ ਪਾਰਟੀਆਂ ਨੂੰ ਨਕਾਰਨਾ ਹੀ ਆ, ਔਰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਬਹੁਤ ਅਸੀਂ ਲੋਕਾਂ ਦੇ ਘਰਾਂ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਇੱਕ ਵਾਰੀ ਜਿਹੜਾ ਬਦਲਾਵ ਆ ਜ਼ਰੂਰ ਚਾਹੀਦਾ ਗਾ, ਔਰ ਬਦਲਾਵ ਆਇਆ ਵੀ ਆ। ਅਤੇ ਬਾਕੀ ਕਰਦੇ ਹਾਂ ਕੰਮ ਦੀ ਗੱਲ, ਸਾਡੇ ਜਿਹੜੇ ਹਲਕੇ ਦੇ ਐਮਐਲਏ ਆ, ਦੇਖੋ ਜਦੋਂ ਤੱਕ ਸਾਲ ਤਾਂ ਸਮਝ ਲਓ ਵੀ ਇੱਕ ਦੱਸਦਿਆਂ ਕਰਦਿਆਂ ਨੂੰ ਲੰਘਿਆ, ਹੁਣ ਸਮਾਂ ਆਇਆ ਗਾ ਅਤੇ ਕੋਈ ਵੀ ਕੰਮ ਅਸੀਂ ਜਾ ਕੇ ਜਾਂਦੇ ਹਾਂ ਜਦੋਂ ਉਹਨਾਂ ਨੂੰ ਦੱਸਦੇ ਹਾਂ, ਕਿਉਂਕਿ ਸਰਕਾਰ ਨਵੀਂ ਆ ਕੁਛ ਕੁ ਚੀਜ਼ਾਂ ਦਾ ਨਹੀਂ ਵੀ ਪਤਾ, ਅਸੀਂ ਜਾ ਕੇ ਉਹਨਾਂ ਨੂੰ ਕਹਿੰਦੇ ਵੀ ਇਹ ਸਾਡੇ ਵਾਰਡ ਦੇ ਵਿੱਚ ਆਹ ਕੰਮ ਹੋਣ ਵਾਲਾ ਗਾ, ਉਹ ਨੋਟ ਕਰਦੇ ਆ, ਜਦੋਂ ਸਮਾਂ ਲੱਗਦਾ ਵਾਰਡ ਦੇ ਵਿੱਚ ਆਉਂਦੇ ਵੀ ਆ। ਸੜਕਾਂ ਬਾਰੇ ਮੇਰਾ ਐਸਟੀਮੇਟ ਸੀਗਾ ਅੱਜ ਤੋਂ ਤਕਰੀਬਨ 2-3 ਮਹੀਨੇ ਪਹਿਲਾਂ ਮੈਂ ਦਿੱਤੀ ਸੀਗੀ, ਲੈਟਰ ਦਿੱਤੀ ਸੀ ਬਕਾਇਦਾ ਲਗਾ ਕੇ ਜੀ, ਔਰ ਉਹਨਾਂ ਦਾ ਹੁਣ ਉਹਨਾਂ ਨੇ ਇਹਦਾ ਐਸਟੀਮੇਟ ਵੀ ਲਵਾਇਆ ਗਾ ਜੀ, ਅਤੇ ਉਹਦੀ ਨਾਪ ਨਪਈ ਵੀ ਹੋ ਗਈ ਜੀ, ਹੁਣ 2-3 ਮਹੀਨੇ ਦਾ ਮੇਰੇ ਕੋਲੋਂ ਟਾਈਮ ਲਿਆ ਗਾ। ਦੇਖੋ ਕੰਮ ਕੋਈ ਵੀ ਐਮਐਲਏ ਆ ਇਹ ਨਾ ਆਪਾਂ ਕਹੀਏ ਵੀ ਕਰਦੇ ਨਹੀਂ, ਕਰਦੇ ਆ ਜੀ, ਅਤੇ ਪਰ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇਹ ਆਉਂਦੀ ਆ ਵੀ ਜਦੋਂ ਇਲੈਕਸ਼ਨ ਜਿੱਤ ਜਾਂਦੇ ਆ ਬੰਦੇ ਇੱਥੋਂ ਜਿੱਤ ਕੇ ਬਾਹਰ ਬਾਹਰੋਂ ਆ ਕੇ ਇੱਥੋਂ ਜਿੱਤ ਕੇ ਚਲੇ ਜਾਂਦੇ ਆ, ਉਹ ਚੀਜ਼ ਦਾ ਬੜਾ ਦੁੱਖ ਹੁੰਦਾ। ਅਤੇ ਇਸ ਵਾਰੀ ਜਿਹੜਾ ਅਸੀਂ ਮਨ ਬਣਾਇਆ ਵੀ ਲੋਕਾਂ ਦੇ ਵਿੱਚ ਵਿਚਰਾਂਗੇ, ਉਹਨਾਂ ਨੂੰ ਅਸੀਂ ਇਹੀ ਗੱਲ ਕਹਿ ਰਹੇ ਹਾਂ ਵੀ ਇਸ ਵਾਰੀ ਜਿਹੜਾ ਐਸੇ ਸਾਡੇ ਵਾਰਡ ਦਾ ਹੀ ਕੈਂਡੀਡੇਟ ਆ ਜਿਹੜਾ ਉਹ ਜਿਤਾਇਓ ਅਤੇ ਉਸ ਨੂੰ ਵੋਟ ਪਾਇਓ। ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਨੰਬਰ 32 ਦੇ ਵਸਨੀਕ ਤੁਹਾਨੂੰ ਵਾਰਡ ਦੀ ਸੇਵਾ ਦਾ ਮੌਕਾ ਦਿੰਦੇ ਨੇ, ਤਾਂ ਇਹ ਜਾਣਨਾ ਪਾਓ ਕਿ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਤੁਸੀਂ ਆਪਣੇ ਵਾਰਡ ਦੇ ਕਿਹੜੇ ਕਿਹੜੇ ਕੰਮ ਕਰੋਗੇ? ਦੇਖੋ ਸਾਰਿਆਂ ਨੂੰ ਪਹਿਲਾਂ ਸਮੱਸਿਆ ਹੈਗੀ ਹੈ ਇੱਕ ਬਸੰਤ ਨਗਰ ਦੀ, ਜਿੱਥੇ ਤਕਰੀਬਨ ਮੈਨੂੰ 30 ਦਿਨ ਫੋਨ ਆ ਜਾਂਦਾ ਵੀ ਇਹ ਟੈਂਕਰ ਭੇਜੋ ਜੀ, ਪਾਣੀ ਨਹੀਂ ਆ ਰਿਹਾ, ਅਸੀਂ ਟਿਊਬਵੈੱਲ ਪਾਸ ਕਰਾਉਣੇ ਆ 2,
सिर्फ बसंत नगर के और जिहड़ी सीवरेज की समस्या उन्हां दी समस्या दूर करनी है। कुछ क गलियां नीवियां ने और 15-15 साल हो गए वो कच्चियां भी गलियां ने, उन्हां नूं असीं पहल दे आधार ते उपर मेरा मुद्दा होगा भी बसंत नगर नूं बिल्कुल असीं सैट करना कि जिथे मैं मेहनत की है मैं उत्थे जिन्हां लोकां दे मैं काम कीते ने मैं उत्थों ही लड़नी आ, क्योंकि वार्ड चेंज हो रहे हैं ते मुद्दा यही होगा भी जिहड़े भी वार्ड दे सीवरेज दीआं प्रॉब्लमां ने पहल दे आधार ते उह कीतीआं जाणगीआं। सिटी लाइव चैनल दे जरिए तुहाडी एमएलए बीबी रजिंद्रपाल कौर छिन्ना नूं तुसीं की कहना चाहोगे? देखो साढ़े जिहड़े हलके दे एमएलए ने कोई भी असीं काम उन्हां कोलों लै के जांदे, मैं फोन ही कर दिंदा कई बार जे नहीं भी टाइम हुंदा उन्हां कोलों उह फोन नहीं चकदे तां मैनूं बैक कॉल आउंदी आ जां मैसेज आउंदा वी मैं 2 मिंट बाद कर दूंगा। और पहल दे आधार ते हर एक काम छोटे तो छोटा कोई भी असीं काम गया पहल दे आधार ते करदे ने। सड़कां दी मैं 2 महीने पहलां ते अपने आप जेई मेरे कोल आएगा असी सड़कों की नाप नपैया कराएगा। कोई ये बिल्कुल दिमाग के विचों कई है भी ये पता नहीं भी एम एल ए जो काम नहीं करते, पर मैं ये दावे ना कहना भी साडा हर एक काम जिहड़ा साडे हल्के दे एम एल ए वो करते हैं। आने वाले समय के जानने लिए कि आम आदमी पार्टी की सरकार पिछलिया सरकारां वांग ही 32 नंबर वार्ड तो पैराशूट कैंडीडेट दे के इतों जितानगे या फिर 32 नंबर वार्ड तो आम आदमी पार्टी दे लगाए गए प्रधान सरदार जतिंदर सिंह छिंदा जो इत्थों सेवा निभा रहे ने उन्हां नूं ही टिकट दे के नवाजणगे। ये सारी जानकारी लैण लई सिटी लाइव चैनल दे नाल जुड़े रहो।